ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹੋਰ ਕੀ ਹਾਲ ਚਾਲ ਹੈ ਜੀ ਤੁਹਾਡਾ? ਉਮੀਦ ਹੈ ਤੁਸੀਂ ਠੀਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਅਤੇ ਅਸੀਂ ਵੀ ਠੀਕ ਹਾਂ, ਤੰਦਰੁਸਤ ਹਾਂ। ਅਤੇ ਤੁਹਾਡੀ ਤੰਦਰੁਸਤੀ ਲਈ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ। ਲਓ ਜੀ, ਮਿਲ ਲਓ, ਸਾਡੀ ਫੋਟੋ ਨੂੰ ਵੀ ਦੇਖ ਲਓ। ਅਤੇ ਬਾਹਰ ਹੋ ਰਹੇ ਨੇ ਥੋੜ੍ਹੇ ਥੋੜ੍ਹੇ ਬੱਦਲ, ਪਰ ਗਰਮੀ ਟੂ ਮੱਚ ਹੈ, ਬਹੁਤ ਜ਼ਿਆਦਾ ਗਰਮੀ ਹੈ। ਅਤੇ ਪਰ ਕੰਮ ਤਾਂ ਰੁਕਦੇ ਨਹੀਂ ਜੀ, ਗਰਮੀ ਹੋਵੇ ਸਰਦੀ ਹੋਵੇ ਚੱਲਦੇ ਰਹਿੰਦੇ ਨੇ। ਸੋ ਆਪਾਂ ਹੁਣ ਚੱਲਦੇ ਹਾਂ ਡਿਊਟੀ 'ਤੇ, ਅਤੇ ਖਾ ਪੀ ਲਈਏ ਥੋੜ੍ਹਾ ਬਹੁਤਾ। ਖਾਣ ਪੀਣ ਆਪਣਾ ਬੀਬੀ ਨੂੰ ਪਤਾ ਹੁੰਦਾ ਵੀ ਕੀ ਖਾਣਾ। ਬੀਬੀ ਕੀ ਭਿਉਂ ਕੇ ਰੱਖਿਆ ਹੋਇਆ ਉਹ? ਹੈਂ ਬੀਬੀ, ਕੀ ਕਹਿੰਦੇ ਉਹਨੂੰ ਜਿਹੜਾ ਭਿਉਂ ਕੇ ਰੱਖਿਆ? ਕੀ ਭਿਉਂ ਕੇ ਕੀ ਰੱਖਿਆ ਰਾਤ? ਗੂੰਦ ਕਤੀਰਾ, ਮੈਂ ਭੁੱਲ ਜਾਂਦੀ ਹਾਂ ਉਹ, ਪਤਾ ਨਹੀਂ ਕਿਉਂ ਮੇਰੇ ਦਿਮਾਗ 'ਚ ਨਹੀਂ ਰਹਿੰਦਾ ਉਹ ਗੂੰਦ ਕਤੀਰਾ, ਕੁਛ ਇਸ ਬਗੋਲੀ ਯਾਦ ਆਉਣ ਲੱਗ ਜਾਂਦਾ ਮੈਨੂੰ। ਗੂੰਦ ਕਤੀਰਾ ਭਿਉਂਤਾ ਹੋਇਆ, ਬਸ ਉਹ ਹੁਣ ਦਹੀਂ 'ਚ ਪਾ ਕੇ ਖਾ ਲੈਣਾ, ਅਤੇ ਫਿਰ ਚੱਲਾਂਗੇ ਅਤੇ ਖਾਣਾ ਖਾਵਾਂਗੇ ਉੱਥੇ, ਅਤੇ ਫਿਰ ਆ ਕੇ ਖਾਵਾਂਗੇ ਖਾਣਾ 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 ਸਾਰਾ ਦਿਨ ਆਪਣਾ ਪੰਜਾਬੀਆਂ ਦਾ ਖਾਣਾ ਖਾਣਾ ਖਾਣਾ, ਸਵੇਰ ਦੀ, ਦੁਪਹਿਰ ਦੀ, ਸ਼ਾਮ ਦੀ। ਠੀਕ ਹੈ ਜੀ, ਅਤੇ ਵੈਸੇ ਆਪਾਂ ਖਾਣ ਲਈ ਪੈਦਾ ਨਹੀਂ ਹੋਏ ਹੈਗੇ, ਅਤੇ ਪਰ ਆਪਾਂ ਫਿਰ ਵੀ ਬਹੁਤ ਜ਼ਿਆਦਾ ਖਾਂਦੇ ਹਾਂ। ਅਤੇ ਇਹ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਹੈਗਾ ਕਿ ਜਿੰਨਾ ਚਿਰ ਅਸੀਂ ਖਾਈਏ ਨਾ ਤਿੰਨ ਵਾਰ, ਉਨ੍ਹਾਂ ਚਿਰ ਸਾਨੂੰ ਸਬਰ ਨਹੀਂ ਆਉਂਦਾ ਹੈ ਨਾ। ਕਈ ਵਾਰੀ ਐਂ ਕਹਿ ਦਈਦਾ ਕਿ ਅੱਜ ਰੋਟੀ ਨਹੀਂ ਖਾਣੀ, ਰਾਤ ਜਿਵੇਂ ਬੀਬੀ ਨੇ ਕਿਹਾ ਸੀ, ਬੀਬੀ ਕਹਿੰਦੀ ਮੈਂ ਨਾ ਮੇਰੀ ਰੋਟੀ ਨਾ ਬਣਾਈ, ਮੈਂ ਰੋਟੀ ਨਹੀਂ ਖਾਣੀ ਹੈ ਨਾ, ਮੈਨੂੰ ਭੁੱਖ ਨਹੀਂ ਹੈਗੀ, ਮੈਂ ਫਰੂਟ ਖਾ ਲਿਆ। ਮੈਂ ਆਖਿਆ ਚੱਲ 8 ਵਜੇ ਸੀ ਉਦੋਂ ਮੈਨੂੰ ਲੱਗਦਾ, ਮੈਂ ਚੱਲ ਕੋਈ ਨਹੀਂ ਮੈਂ ਲਾਹ ਕੇ ਰੱਖ ਦਿੰਦੀ ਹਾਂ, ਜੇ ਠਹਿਰ ਕੇ ਭੁੱਖ ਲੱਗੀ ਤਾਂ ਫਿਰ ਖਾ ਲਈ। ਉਹੀ ਗੱਲ 9 ਵਜੇ ਮੈਨੂੰ ਕਹਿੰਦੀ ਫਿਰ ਰੋਟੀ ਲਿਆ ਦੇ ਇੱਕ ਥੋੜ੍ਹੀ ਸਬਜ਼ੀ ਰੱਖ ਕੇ। ਇੱਦਾਂ ਆਪਣੇ ਸਾਰਿਆਂ ਨਾਲ ਹੀ ਹੁੰਦਾ ਮੈਨੂੰ ਲੱਗਦਾ, ਦੱਸਿਓ ਤੁਸੀਂ ਵੀ ਤੁਹਾਡੇ ਕੀ ਕਿਹਦੇ ਨਾਲ ਇਸ ਤਰ੍ਹਾਂ ਹੁੰਦਾ। ਅਤੇ ਮੇਰਾ ਵੀ ਇਹੀ ਹਾਲ ਹੈ ਵੀ ਪਹਿਲਾਂ ਤਾਂ ਮੈਂ ਕਹੂੰਗੀ ਵੀ ਨਹੀਂ ਖਾਣੀ ਨਹੀਂ ਖਾਣੀ, ਫਿਰ ਐਂ ਹੁੰਦਾ ਵੀ ਚੱਲ ਇੱਕ ਖਾ ਲੈਂਦੇ ਹਾਂ ਹੈ ਨਾ। ਅਤੇ ਆਪਾਂ ਕਈ ਵਾਰੀ ਬਿਨਾਂ ਭੁੱਖ ਤੋਂ ਵੀ ਖਾ ਲੈਂਦੇ ਹਾਂ ਵੀ ਕਿਤੇ ਭੁੱਖ ਲੱਗ ਨਾ ਆਵੇ, ਇਸ ਡਰੋਂ ਕਿ ਕਿਤੇ ਭੁੱਖ ਨਾ ਲੱਗ ਗਿਆ ਵੀ ਫਿਰ ਐਂ ਨਾ ਹੋਵੇ ਕਿ ਮੈਨੂੰ ਨੀਂਦ ਨਾ ਆਵੇ, ਹੈ ਨਾ। ਅਤੇ ਅਸੀਂ ਫਿਰ ਪਹਿਲਾਂ ਹੀ ਪ੍ਰਬੰਧ ਕਰਕੇ ਖਾਂਦੇ ਹਾਂ ਆਪਦਾ। ਅਤੇ ਲਓ ਜੀ, ਹੁਣ ਮੈਂ ਖਾ ਲਾਂ ਦਹੀਂ ਗੂੰਦ ਕਤੀਰੇ ਵਾਲੀ ਵਿੱਚ ਸ਼ੱਕਰ ਪਾ ਕੇ, ਅਤੇ ਤੁਸੀਂ ਵੀ ਖਾ ਲਿਆ ਕਰੋ, ਬਹੁਤ ਅੱਛੀ ਚੀਜ਼ ਹੈ, ਠੰਡਾ ਵੀ ਹੈ, ਪੇਟ ਸਾਫ਼ ਵੀ ਰਹਿੰਦਾ ਇਹਦੇ ਨਾਲ। ਠੰਡਾ, ਹਾਂ ਠੰਡਾ ਗਰਮੀ 'ਚ, ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਰਿਆਂ ਨੂੰ ਖਾ ਲੈਣੀਆਂ ਚਾਹੀਦੀਆਂ ਨੇ। ਵੈਸੇ ਕੱਲ੍ਹ ਅਸੀਂ ਦੁੱਧ 'ਚ ਪਾ ਕੇ ਪੀਤਾ ਸੀ, ਸ਼ੱਕਰ ਪਾ ਕੇ ਬਹੁਤ ਜ਼ਿਆਦਾ ਟੇਸਟੀ ਲੱਗਿਆ ਉਹ ਵੀ। ਅਤੇ ਹੁਣ ਮੈਂ ਸਵੇਰੇ ਸਵੇਰੇ, ਕਿਉਂਕਿ ਮੈਂ ਦਹੀਂ ਹੁਣ ਲੈ ਕੇ ਨਹੀਂ ਜਾ ਰਹੀ ਸਕੂਲ ਅੱਜ ਕੱਲ੍ਹ, ਜੇ ਲੈ ਕੇ ਜਾਂਦੀ ਹਾਂ ਉੱਥੇ ਫਿਰ ਗਰਮ ਹੋ ਜਾਂਦੀ ਆ, ਫਿਰ ਖਾਣ ਦਾ ਸਵਾਦ ਨਹੀਂ ਆਉਂਦਾ, ਇਸ ਕਰਕੇ ਆਪਾਂ ਦਹੀਂ ਆ ਜਿਹੜੀ ਘਰ ਹੀ ਖਾ ਲਈਦੀ ਆ। ਦਹੀਂ ਦੇ ਵਿੱਚ ਬੀਬੀ ਪਾ ਦਿੰਦੀ ਹੈ ਗੁੰਦ ਕਤੀਰਾ, ਚਲ ਟੇਸਟੀ ਬਣ ਜਾਂਦੀ ਆ, ਹੈ ਨਾ। ਚਲੋ ਅੱਛੀ ਚੀਜ਼ ਹੈ ਵੈਸੇ। ਅਤੇ ਚਲੋ ਜੀ, ਕਾਫੀ ਗੱਲਾਂ ਹੋ ਗਈਆਂ ਸਵੇਰੇ ਸਵੇਰੇ, ਹੁਣ ਆਪਾਂ ਖਾ ਪੀ ਲਈਏ, ਮੈਂ ਚੱਲਦੀ ਹਾਂ, ਅਤੇ ਫਿਰ ਆਪਾਂ ਆ ਕੇ ਫਿਰ ਮਿਲਦੇ ਹਾਂ, ਫਿਰ ਤੁਹਾਡੇ ਨਾਲ ਕੋਈ ਵਧੀਆ ਜਿਹਾ ਟੋਪਿਕ ਸ਼ੇਅਰ ਕਰੂੰਗੀ। ਠੀਕ ਹੈ ਜੀ, ਤੁਹਾਡੇ ਸਵਾਲਾਂ ਦੇ ਜਵਾਬ ਦੇਵਾਂਗੇ ਅੱਜ। ਕਿੰਨੇ ਸਾਰੇ ਸਵਾਲ ਨੇ ਤੁਹਾਡੇ, ਸਾਰੇ ਸਵਾਲਾਂ ਦੇ ਜਵਾਬ ਆਪਾਂ ਅੱਜ ਦੇ ਦੇਣੇ ਨੇ ਤੁਹਾਨੂੰ, ਸੈਟਿਸਫਾਈ ਕਰ ਦੇਣੇ। ਲਓ ਜੀ, ਸਕੂਲੋਂ ਆਪਾਂ ਆ ਗਏ ਹਾਂ, ਸਵੇਰੇ ਤੁਹਾਨੂੰ ਮੈਂ ਮਿਲ ਕੇ ਗਈ ਸੀਗੀ, ਅਤੇ ਹੁਣ ਫਿਰ ਮਿਲ ਰਹੀ ਹਾਂ। ਆ ਕੇ ਖਾਣਾ ਖਾਇਆ, ਗਰਮੀ ਬਹੁਤ ਜ਼ਿਆਦਾ ਸੀ, ਬੜੀ ਜ਼ਿਆਦਾ ਸੀਗੀ ਗਰਮੀ, ਤਾਂ ਪੁੱਛੋ ਹੀ ਨਾ, ਬਸ ਬਸ ਹੀ ਹੋ ਜਾਂਦੀ ਆ ਸਾਰਾ ਦਿਨ। ਮਸਾਂ ਘਰ ਮਿਲਦਾ, ਅਤੇ ਬਸ ਆ ਕੇ ਰੋਟੀ ਖਾ ਕੇ, ਅਤੇ ਥੋੜ੍ਹੀ ਦੇਰ ਪਈ, ਸੁੱਤੀ ਤਾਂ ਹੈ ਨਹੀਂ, ਸੌਂਦੀ ਤਾਂ ਮੈਂ ਹੈ ਨਹੀਂ, ਅਤੇ ਬਸ ਵੈਸੇ ਹੀ ਰੈਸਟ ਹੀ ਹੋ ਜਾਂਦੀ ਆ। ਫੋਨ ਚਲਾ ਲਿਆ ਕਿਸੇ ਨਾਲ ਗੱਲਬਾਤ, ਹੈ ਨਾ, ਤੁਹਾਡੇ ਵਰਗੀਆਂ ਬਹੁਤ ਸਾਰੀਆਂ ਭੈਣਾਂ ਦੇ ਜਿਹੜੇ ਫੋਨ ਆਉਂਦੇ ਰਹਿੰਦੇ ਨੇ ਨਾ, ਅਤੇ ਸੋ ਗੱਲਬਾਤ ਚੱਲਦੀ ਰਹਿੰਦੀ ਆ। ਅਤੇ ਹੁਣ ਮੈਂ ਪੀਨੀ ਹਾਂ ਚਾਹ, ਚਾਹ ਪੀ ਕੇ ਅੱਜ ਤੁਹਾਡੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇਣੇ ਨੇ, ਅਤੇ ਚਲੋ ਫਿਰ ਕਰਦੇ ਹਾਂ ਗੱਲ, ਚਾਹ ਪੀ ਲਾਂ, ਨਸ਼ੇ 'ਚ ਹੋ ਜਾਂ, ਫਿਰ ਆਪਾਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਵਾਂਗੇ ਅੱਜ। ਹਾਂਜੀ, ਹੁਣ ਆਪਾਂ ਚਾਹ ਚੂ ਪੀ ਕੇ, ਅਤੇ ਮੈਂ ਬਣਾਉਣੀ ਸੀਗੀ ਵੀਡੀਓ ਕੱਪੜਿਆਂ ਵਾਲੀ ਫਸਟ ਚੋਇਸ ਚੈਨਲ ਵਾਸਤੇ, ਪਰ ਬੀਬੀ ਹਜੇ ਪਾਠ ਕਰਦੀ ਸੀ, ਅਤੇ ਮੈਂ ਬੀਬੀ ਦੀ ਵੇਟ ਕਰਦੀ ਸੀ ਇੱਥੇ ਬੈਠੀ ਬੈਠੀ,
ਬੀਬੀ ਕਹਿੰਦੀ ਮੇਰਾ 10-15 ਮਿੰਟ ਦਾ ਪਾਠ ਰਹਿ ਗਿਆ, ਮੈਂ ਪਾਠ ਕਰਕੇ ਪਾਠ ਆਉਣੀ ਆ। ਅਤੇ ਫਿਰ ਮੈਂ ਸੋਚਿਆ ਵੀ ਚੱਲ ਉਨੀ ਦੇਰ ਆਪਾਂ ਇੱਕ ਵੀਡੀਓ ਬਣਾ ਲੈਂਦੇ ਹਾਂ ਹੈ ਨਾ, ਅਤੇ ਵਲੌਗ ਬਣਾ ਰਹੀ ਸੀ ਮੈਂ। ਅਤੇ ਅੱਜ ਹੋਰ ਆਪਾਂ ਕੋਈ ਖਾਸ ਗੱਲਬਾਤ ਨਹੀਂ ਕਰਨੀ ਹੈਗੀ, ਆਪਾਂ ਤੁਹਾਡੇ ਸਵਾਲਾਂ ਦੇ ਜਵਾਬ ਦੇਣੇ ਨੇ। ਬਹੁਤ ਸਾਰੀਆਂ ਭੈਣਾਂ ਨੇ ਕਿੰਨੇ ਦਿਨਾਂ ਤੋਂ ਮੈਨੂੰ ਸਵਾਲ ਪੁੱਛ ਰਹੀਆਂ ਨੇ, ਅਤੇ ਅੱਜ ਆਪਾਂ ਉਹਨਾਂ ਦੇ ਸਾਰੇ ਸਵਾਲਾਂ ਦੇ ਜਵਾਬ ਦੇਣੇ ਨੇ। ਸਟਾਰਟਿੰਗ ਤਾਂ ਲੱਗੂੰਗੀ, ਪਹਿਲਾਂ ਤਾਂ ਮੈਂ ਵੈਸੇ ਇੱਕ ਵਲੌਗ ਬਣਾ ਚੁੱਕੀ ਹਾਂ ਕਿ ਸਾਡਾ ਪਿੰਡ ਵਗੈਰਾ ਕਿਹੜਾ ਹੈਗਾ, ਮੈਂ ਦੱਸ ਚੁੱਕੀ ਹਾਂ ਤੁਹਾਨੂੰ। ਫਿਰ ਵੀ ਮੈਨੂੰ ਇੱਕ ਮਿੰਟ ਆਈ ਜਾ ਰਹੇ ਸੀਗੇ ਕਿ ਤੁਹਾਡਾ ਪਿੰਡ ਕਿਹੜਾ, ਤੁਸੀਂ ਦੱਸਿਆ ਨਹੀਂ। ਪਿੰਡ ਹੈਗਾ ਜੀ ਆਪਣਾ ਹਰਦਿਆਲਿਆ ਨਾ, ਫਰੀਦਕੋਟ ਦੇ ਨੇੜੇ ਆ ਬਿਲਕੁਲ ਹੀ, ਅਤੇ 10-15 ਕਿਲੋਮੀਟਰ ਦੀ ਦੂਰੀ 'ਤੇ ਹੈ। ਠੀਕ ਹੈ ਜੀ। ਅਤੇ ਦੂਜਾ ਸੀਗਾ ਕਿ ਤੁਹਾਡੇ ਪੇਕੇ ਕਿੱਥੇ ਹੈ? ਪੇਕੇ ਹੈਗੇ ਆ ਜੀ ਬਠਿੰਡਾ ਮੁਕਤਸਰ ਰੋਡ 'ਤੇ, ਬੂਟਰਸ਼ਨੀ ਪਿੰਡ ਹੈ, ਦੋਦੇ ਕੋਲ, ਭਲਾਈਆਂ ਕੋਲ ਹੈ ਨਾ। ਅਤੇ ਪਰ ਉੱਥੇ ਹੁਣ ਕੋਈ ਰਹਿ ਨਹੀਂ ਰਿਹਾ ਹੈਗਾ, ਬ੍ਰਦਰ ਦੋਨੋਂ ਬਠਿੰਡੇ ਸ਼ਿਫਟ ਹੋ ਗਏ ਨੇ, ਅਤੇ ਘਰ ਹੈਗਾ ਹੁਣ ਸੁਣਨਾ, ਮਤਲਬ ਖਾਲੀ ਨਹੀਂ ਕਹਿ ਸਕਦੇ ਕਿਉਂਕਿ ਉਹਦੇ 'ਚ ਬਹੁਤ ਕੁਛ ਖੜਾ ਹੈ, ਉਹਦੇ ਵਿੱਚ ਟਰੈਕਟਰ ਟਰਾਲੀਆਂ ਸੰਦੇ, ਕਿਉਂਕਿ ਬ੍ਰਦਰ ਮੇਰੇ ਨਾਲ ਨਾਲ ਜੋਬ ਦੇ ਖੇਤੀ ਵੀ ਕਰਦੇ ਨੇ। ਠੀਕ ਹੈ ਜੀ। ਅਤੇ ਨੈਕਸਟ ਹੈਗਾ, ਇਹ ਤਾਂ ਹੋ ਗਏ ਪਿੰਡ ਨਾਲ ਰਿਲੇਟਡ, ਪਰਿਵਾਰ ਮੈਂ ਤੁਹਾਨੂੰ ਸਾਰਾ ਦੱਸਤਾ ਸੀਗਾ, ਇੱਕ ਪੂਰਾ ਵਲੌਗ ਹੈ ਜਿਹੜਾ ਆਪਾਂ ਪਰਿਵਾਰ 'ਤੇ ਬਣਾਇਆ ਸੀਗਾ। ਦੂਜਾ ਹੈਗਾ ਕਿ ਤੁਹਾਡੇ ਬੱਚੇ ਕਿੰਨੇ ਆ? ਬੱਚੇ ਵੀ ਮੈਂ ਪਹਿਲਾਂ ਦੱਸ ਚੁੱਕੀ ਹਾਂ, ਫਿਰ ਵੀ ਮੈਂ ਤੁਹਾਨੂੰ ਦੁਬਾਰਾ ਦੱਸਦਾ ਕਿ ਆਪਣਾ ਇੱਕੋ ਹੀ ਬੇਟਾ, ਉਹਦਾ ਨਾਮ ਹੈਗਾ ਆਦੇਸ਼ਬੀਰ ਸਿੰਘ ਸੰਧੂ। ਜੇ ਮੈਂ ਹਰ ਥਾਂ 'ਤੇ ਉਹਦਾ ਨਾਮ ਲਿਖਦੀ ਹੁੰਦੀ ਹਾਂ, ਮੇਰਾ ਖਿਆਲ ਹੈਡਿੰਗ 'ਚ, ਮੈਨੂੰ ਲੱਗਦਾ ਮੇਰੇ ਨਾਲੋਂ ਜ਼ਿਆਦਾ ਆਦੇਸ਼ ਨੂੰ ਜਾਣਨ ਲੱਗ ਜਾਣਗੇ ਲੋਕ, ਹੈ ਨਾ। ਅਤੇ ਲਓ ਜੀ, ਇਹ ਸੀ ਬੱਚਿਆਂ ਬਾਰੇ। ਅਤੇ ਬਾਕੀ ਹੈਗਾ ਜੀ, ਪੁੱਛਦੇ ਰਹਿੰਦੇ ਨੇ ਕਿ ਜਿਹੜੇ ਤੁਹਾਡੇ ਨਾਲ ਰਹਿੰਦੇ ਨੇ ਬੀਬੀ, ਵੀ ਉਹ ਤੁਹਾਡੇ ਮਦਰ ਹੈ ਕਿ ਤੁਹਾਡੇ ਮਦਰ ਇਨ ਲੋ ਹੈ? ਉਹ ਹੈਗੇ ਨੇ ਜੀ ਮੇਰੇ ਮਦਰ, ਕਿਉਂਕਿ ਮੇਰੇ ਮਦਰ ਇਨ ਲੋ ਨਹੀਂ ਹੈਗੇ। ਠੀਕ ਹੈ ਜੀ। ਅਤੇ ਹੋਰ ਸੀਗਾ ਇੱਕ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਗੱਲ ਹੈ, ਮੈਂ ਤੁਹਾਡੇ ਨਾਲ ਪਹਿਲਾਂ ਉਹ ਕਰ ਲਾਂ। ਇੱਕ ਦੋ ਭੈਣਾਂ ਨੇ, ਮੈਂ ਇੱਕ ਦਿਨ ਵੀਡੀਓ ਪਾਈ ਸੀਗੀ ਜਿਹਦੇ ਵਿੱਚ ਆਪਾਂ 3-4 ਬਿਮਾਰੀਆਂ ਦੇ ਇਲਾਜ ਦੱਸੇ ਸੀ, ਜਿਹਦੇ ਵਿੱਚੋਂ ਤਿੰਨ ਕੁ ਬਿਮਾਰੀਆਂ ਦੇ ਡਾਕਟਰ ਜਾਂ ਇਲਾਜ ਜਿੱਥੇ ਵੀ ਹੈ ਉਹ ਮੇਰੇ ਤੋਂ ਭੈਣਾਂ ਨੇ ਪੁੱਛੇ ਨੇ। ਇੱਕ ਦਾ ਤਾਂ ਮੈਸੇਜ ਆਏ ਸੀਗੇ, ਉਹ ਭੈਣ ਮੇਰੇ ਖਿਆਲ ਹੈ ਸ਼ਾਇਦ ਇਟਲੀ ਤੋਂ ਸੀਗੇ, ਉਹਨਾਂ ਨੇ ਮੈਸੇਜ ਪਾਏ ਸੀਗੇ ਵੀ ਜਿਹੜੇ ਭੌਰੀਆਂ ਦਾ ਕੋਰਨਸ ਹੋ ਜਾਂਦੇ ਨੇ ਨਾ ਪੈਰਾਂ 'ਤੇ, ਵੀ ਇਹਨਾਂ ਦਾ ਇਲਾਜ ਜਿਹੜਾ ਤੁਸੀਂ ਦੱਸਿਆ ਸੀਗਾ ਵੀ ਉਹਨਾਂ ਦਾ ਸਾਨੂੰ ਐਡਰੈਸ ਦੇ ਦਿਓ। ਅਤੇ ਉਹ ਹੈਗੇ ਨੇ ਜੀ ਡਾਕਟਰ ਤੀਂਗੜਾ, ਕੋਟਕਪੂਰੇ ਸਿਵਲ ਹੋਸਪਿਟਲ ਦੇ ਬਿਲਕੁਲ ਆਪੋਜ਼ਿਟ। ਠੀਕ ਹੈ ਜੀ। ਅਤੇ ਨੈਕਸਟ ਸੀਗਾ ਕਿ ਜਿਹੜਾ ਪਾਇਲਸ ਦਾ, ਬਵਾਸੀਰ ਦਾ ਇਲਾਜ, ਕਿਉਂਕਿ ਕਾਫੀ ਲੋਕਾਂ ਨੂੰ ਅੱਜ ਕੱਲ੍ਹ ਇਹ ਪ੍ਰੋਬਲਮ ਹੈ ਜਿਹੜੀ ਉਹ ਚੱਲ ਰਹੀ ਹੈ। ਅਤੇ ਇਹਦਾ ਹੈਗਾ ਜੀ ਰਾਮਪੁਰਾ ਫੂਲ ਤੋਂ ਜਦੋਂ ਆਪਾਂ ਤਲਵੰਡੀ ਸਾਬੋ ਨੂੰ ਜਾਂਦੇ ਹਾਂ, ਅਤੇ ਉਸ ਰੋਡ ਦੇ ਉੱਪਰ ਹੀ, ਮੇਨ ਰੋਡ ਦੇ ਉੱਪਰ ਇੱਕ ਪਿੰਡ ਆਉਂਦਾ ਰਾਮਨਗਰ ਪਿੰਡ ਦੇ ਵਿੱਚ 6ਵੀਂ ਪਾਤਸ਼ਾਹੀ ਦਾ ਗੁਰਦੁਆਰਾ, ਅਤੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਜਿਹੜਾ ਛੱਲਾ ਜਿਹੜਾ ਦਿੰਦੇ ਨੇ ਉਹ ਤਾਂ ਅਰਜੀ ਦੇ ਦਿੰਦੇ ਨੇ, ਤੁਸੀਂ ਉਹ ਸੁਨਿਆਰੇ ਤੋਂ ਥੋੜ੍ਹਾ ਜਿਹਾ ਪਾਜ ਲਵਾ ਕੇ ਅਤੇ ਆਪਣਾ ਛੱਲਾ ਜਿਹੜਾ ਉਹ ਬਣਵਾ ਲੈਣਾ, ਸ਼ਰਤੀਆ ਇਲਾਜ ਹੈ ਜੀ। ਨੈਕਸਟ ਸੀਗਾ ਇੱਕ ਭੈਣ ਦਾ ਹੋਰ, ਮੈਨੂੰ ਇੱਕ ਦਿਨ ਮੈਸੇਜ ਵੀ ਆਇਆ ਸੀ, ਇੱਕ ਭੈਣ ਦਾ ਕਮੈਂਟ ਵੀ ਆਇਆ ਸੀ ਕਿ ਮੈਨੂੰ ਸੀਵੀਅਰ ਪ੍ਰੋਬਲਮ ਹੈਗੀ ਹੈ ਸਰਵਾਈਕਲ ਦੀ। ਠੀਕ ਹੈ ਜੀ। ਅਤੇ ਉਹ ਹੈਗੇ ਆ, ਉਹ ਮੈਂ ਤੁਹਾਨੂੰ ਦੱਸਦਾ ਮਾੜਾ ਜਿਹਾ, ਮੇਰੇ ਕੋਲ ਮੈਸੇਜ ਹੈਗਾ ਗੱਖੜ ਗਾਰਮੈਂਟਸ ਨੇ ਜੀ, ਉਹ ਸਾਧਕ, ਇੱਕ ਮਿੰਟ ਮੈਂ ਤੁਹਾਨੂੰ ਹੁਣੇ ਲੱਭ ਕੇ ਦੱਸਦੀ ਹਾਂ। ਉਹ ਹੈਗੇ ਆ ਗੱਖੜ ਗਾਰਮੈਂਟਸ, ਜੰਡ ਸਾਹਿਬ ਰੋਡ, ਸਾਧਕ। ਠੀਕ ਹੈ ਜੀ। ਉਹ ਰੈਡੀਮੇਡ ਕੱਪੜਿਆਂ ਦੀ ਦੁਕਾਨ ਹੈ ਗੱਖੜ ਗਾਰਮੈਂਟਸ, ਅਤੇ ਉਹ ਸ਼ੋਪ ਤੋਂ ਹੀ ਉਹ ਧਾਗਾ ਦਿੰਦੇ ਨੇ, ਅਤੇ ਸਹੀ ਹੋ ਜਾਂਦਾ ਹੈ ਨਾ। ਸਰਵਾਈਕਲ ਦੀ ਪ੍ਰੋਬਲਮ ਵੀ ਬਹੁਤ ਸਵੀਅਰ ਹੈ ਲੋਕਾਂ 'ਚ ਅੱਜ ਕੱਲ੍ਹ, ਕਾਫੀ ਜ਼ਿਆਦਾ ਇਹ। ਸੋ ਇਹ 3 ਬਿਮਾਰੀਆਂ ਦਾ ਇਲਾਜ ਮੈਥੋਂ ਪੁੱਛਿਆ ਗਿਆ ਸੀ, ਆਪਾਂ ਉਹਨਾਂ ਦਾ ਐਡਰੈਸ ਵੀ ਸੁਣ ਦਿੱਤਾ। ਅਤੇ ਦੂਸਰਾ ਸੀਗਾ ਇੱਕ ਬਲਕਰਨ ਸਿੰਘ ਦੀ ID ਤੋਂ, ਮੈਂ ਵੀ ਤੁਹਾਨੂੰ ਆਪਣਾ ਇੱਕ ਇਲਾਜ ਪੁੱਛਿਆ ਸੀਗਾ ਕਿ ਮੇਰੇ ਨਹੁੰ ਦੀ ਪ੍ਰੋਬਲਮ ਹੈਗੀ ਹੈ, ਅਤੇ
ਵੀ ਤੁਸੀਂ ਮੈਨੂੰ ਉਹਦੀ ਕੋਈ ਇਲਾਜ ਦੱਸੋ। ਬਲਕਰਮ ਸਿੰਘ ਦੀ ਆਈਡੀ ਤੋਂ ਮੈਨੂੰ ਭੈਣ ਦਾ ਕਿਸੇ ਦਾ ਮੈਸੇਜ ਆਇਆ ਸੀਗਾ ਕਿ ਨਾਰੀਅਲ ਦੇ ਤੇਲ ਵਿੱਚ ਹਲਦੀ ਪਾ ਕੇ ਲਾਓ ਤੇ ਹਫਤੇ 'ਚ ਠੀਕ ਹੋ ਜਾਊਗਾ। ਭੈਣੇ ਹਜੇ ਤਾਂ ਮੈਂ ਲਾਈ ਨਹੀਂ ਹੈਗੀ ਪਰ ਮੈਂ ਲਾਊਂਗੀ ਜ਼ਰੂਰ, ਮੈਨੂੰ ਯਾਦ ਹੈ, ਅਤੇ ਉਹ ਆਪਾਂ ਲਾਵਾਂਗੇ। ਠੀਕ ਹੈ ਜੀ, ਥੈਂਕ ਯੂ ਸੋ ਮੱਚ, ਤੁਸੀਂ ਮੈਨੂੰ ਮੇਰੇ ਅੰਗੂਠੇ ਦਾ ਇਲਾਜ ਦੱਸਿਆ ਤਾਂ ਆਪਾਂ ਲਾ ਕੇ ਦੇਖ ਲੈਂਦੇ ਹਾਂ। ਅਤੇ ਹੋਰ ਸੀਗਾ ਮਤਲਬ ਕਿ ਹਾਂ, ਹੋਰ ਪੁੱਛਿਆ ਕਿ ਤੁਹਾਡੇ ਹਸਬੈਂਡ ਨੂੰ ਕਿੰਨੀ ਦੇਰ ਹੋ ਗਈ। ਉਹਨਾਂ ਨੂੰ ਜੀ ਹੋ ਗਈ ਹੈ ਜਨਵਰੀ 2022 'ਚ, ਲੋਹੜੀ ਵਾਲੇ ਦਿਨ ਉਹ ਐਕਸਪਾਇਰ ਹੋ ਗਏ ਸੀਗੇ। ਅਤੇ ਆਹ ਜਨਵਰੀ 'ਚ ਉਹਨਾਂ ਨੂੰ 3 ਸਾਲ ਹੋ ਜਾਣਗੇ, ਹਜੇ ਸਮਝ ਲਓ 2.5 ਸਾਲ ਹੋਏ ਨੇ। ਅਤੇ ਪ੍ਰੋਬਲਮ ਉਹਨਾਂ ਦੀ ਮੈਂ ਤੁਹਾਨੂੰ ਦੱਸਦੀ ਸੀ ਕੀ ਪ੍ਰੋਬਲਮ ਸੀਗੀ। ਅਤੇ ਕੁਛ ਕੁ ਉਹਨਾਂ ਦੇ ਸਟੂਡੈਂਟਸ ਦੇ ਵੀ ਕਮੈਂਟ ਆਉਂਦੇ ਨੇ ਕਿ ਸਰ ਬਹੁਤ ਚੰਗੇ ਸੀ, ਉਹਨਾਂ ਨੂੰ ਹੁਣ ਪਤਾ ਲੱਗਿਆ ਨਾ, ਉਹ ਕਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ ਹੈ ਨਾ। ਅਤੇ ਚਲੋ ਜੀ, ਵਲੋਗਸ ਦੇ ਥਰੂ ਮੈਨੂੰ ਬਹੁਤ ਸਾਰੀਆਂ ਭੈਣਾਂ ਵੀ ਮਿਲੀਆਂ ਅਤੇ ਬਹੁਤ ਸਾਰੀਆਂ ਭੈਣਾਂ ਨੇ ਆਪਣੇ ਦੁੱਖੜੇ ਵੀ ਮੈਨੂੰ ਸੁਣਾਏ। ਅਤੇ ਇੱਕ ਮਤਲਬ ਕਿ ਭੈਣ ਸੀਗੇ ਜਿਹੜੇ, ਅੱਛਾ ਜੀ ਇੱਕ ਸਵਾਲ ਹੋਰ ਹੈ, ਇੱਕ ਹੈਗੇ ਮੈਨੂੰ ਮਤਲਬ ਕਿ ਸਵਾਲ ਆਇਆ ਸੀਗਾ ਕਿ ਤੁਸੀਂ ਫਰੀਦਕੋਟ ਕਿਹੜੇ ਸਕੂਲ 'ਚ ਪੜ੍ਹਾਉਂਦੇ ਆ। ਮੈਂ ਜੀ ਫਰੀਦਕੋਟ ਨਹੀਂ ਪੜ੍ਹਾਉਂਦੀ, ਆਪਾਂ ਕੋਟਕਪੂਰੇ ਕੁੜੀਆਂ ਵਾਲੇ ਸਕੂਲ 'ਚ ਪੜ੍ਹਾਉਂਦੇ। ਛੋਟੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਆਪਾਂ ਤੁਹਾਨੂੰ ਦੇਣੇ ਨੇ ਅੱਜ। ਅਤੇ ਮੈਂ ਕੋਟਕਪੂਰੇ ਕੁੜੀਆਂ ਵਾਲੇ ਸਕੂਲ 'ਚ ਪੜ੍ਹਾਉਣੀ ਹਾਂ ਅਤੇ ਮੈਂ ਹੈਗੀ ਹਾਂ ਜੀ ਇੰਗਲਿਸ਼ ਲੈਕਚਰਰ, ਉਹ ਮੈਂ ਪਿਛਲੇ ਵਲੋਗ 'ਚ ਵੀ ਤੁਹਾਨੂੰ ਦੱਸ ਚੁੱਕੀ ਹਾਂ, ਪਰ ਫਿਰ ਵੀ ਭੈਣਾਂ ਦੇ ਜਿਹੜੇ ਕਮੈਂਟ ਆ ਉਹ ਕੰਟੀਨਿਊਸਲੀ ਆ ਰਹੇ ਨੇ, ਹੈ ਨਾ। ਸ਼ਾਇਦ ਉਹਨਾਂ ਨੇ ਉਹ ਵਲੋਗ ਦੇਖਿਆ ਨਹੀਂ ਹੈ ਤਾਂ ਕਰਕੇ ਉਹ ਕਰ ਰਹੀਆਂ ਨੇ, ਅਦਰਵਾਈਜ਼ ਤਾਂ ਉਹਨਾਂ ਨੂੰ ਪਤਾ ਲੱਗ ਜਾਣਾ ਚਾਹੀਦਾ ਸੀ। ਅਤੇ ਨੈਕਸਟ ਹੈ ਜੀ, ਅਤੇ ਇੱਕ ਕਿਸੇ ਨੇ ਪੁੱਛਿਆ ਸੀਗਾ ਜੀ ਤੁਸੀਂ ਰਿਟਾਇਰ ਹੋ ਗਏ। ਨਹੀਂ ਜੀ ਆਪਾਂ ਰਿਟਾਇਰ ਨਹੀਂ ਹੋਏ, ਆਪਣਾ ਅਜੇ ਟਾਈਮ ਰਹਿੰਦਾ, ਤੁਹਾਨੂੰ ਮੈਂ ਐਡੀ ਬੁੱਢੀ ਤਾਂ ਨਹੀਂ ਲੱਗਦੀ ਹੈਗੀ ਕਿ ਮੈਂ ਹੁਣੇ ਰਿਟਾਇਰ ਹੋ ਜਾ। ਸੋ ਹਜੇ ਮੈਂ ਰਿਟਾਇਰ ਨਹੀਂ ਹੋਈ ਅਤੇ ਮੈਂ ਹਜੇ ਜੋਬ ਕਰਨੀ ਹੈ। ਠੀਕ ਹੈ ਜੀ, ਜਦੋਂ ਰਿਟਾਇਰ ਹੋਊਂਗੀ ਤੁਹਾਨੂੰ ਦੱਸ ਦੂੰਗੀ, ਸ਼ਾਇਦ ਤੁਹਾਨੂੰ ਲੱਗਣ ਵੀ ਲੱਗ ਜਾਵਾਂ ਵੀ ਹੁਣ ਰਿਟਾਇਰਮੈਂਟ ਵਾਲੀ ਹੈਗੀ ਹੈ। ਅਤੇ ਹਜੇ ਚੱਲ ਰਿਹਾ ਕੰਮ, ਸਰੀਰ ਆ ਜਿਹੜਾ ਉਹ ਸਾਥ ਦੇ ਰਿਹਾ, ਸੋ ਚਲਾ ਰਹੇ ਹਾਂ ਕੰਮ, ਹੈ ਨਾ। ਅਤੇ ਨੈਕਸਟ ਹੈ ਇੱਕ ਭੈਣ ਨੇ ਜੀ ਹਰਬੰਸ ਸ਼ੀਨਾ, ਭੈਣ ਨਹੀਂ ਮੈਂ ਆਂਟੀ ਜੀ ਕਹੂੰਗੀ ਉਹਨਾਂ ਨੂੰ, ਕਿਉਂਕਿ ਉਹ ਮੇਰੇ ਨਾਲ ਪੁੱਤ ਪੁੱਤ ਕਹਿ ਕੇ ਬੇਟਾ ਬੇਟਾ ਕਹਿ ਕੇ ਗੱਲ ਕਰਦੇ ਨੇ। ਉਹਨਾਂ ਨੇ ਵੀ ਆਪਣਾ ਦੱਸਿਆ ਕਿ ਮੇਰੇ ਹਸਬੈਂਡ ਸੀ ਜਿਹੜੇ ਉਹ ਭੈਣ ਆਂਟੀ ਸੀਗੇ ਸ਼ਾਇਦ ਇੰਗਲੈਂਡ ਤੋਂ ਕਰੇ ਸੀ। ਅਤੇ ਉਹਨਾਂ ਨੇ ਕਿਹਾ ਕਿ ਮੇਰੇ ਹਸਬੈਂਡ ਆ ਜਿਹੜੇ ਉਹ 2013 ਦੇ ਵਿੱਚ ਐਕਸਪਾਇਰ ਹੋ ਗਏ ਸੀਗੇ। ਅਤੇ ਉਹਨਾਂ ਦੇ ਦੋ ਬੇਟੀਆਂ ਨੇ, ਇੱਕ ਬੇਟੀ ਦੀ ਮੈਰਿਜ ਕਰਤੀ ਔਰ ਇੱਕ ਬੇਟੀ ਦੀ ਉਹਨਾਂ ਨੇ ਮੈਰਿਜ ਨਹੀਂ ਕਰੀ, ਉਹ ਥੋੜ੍ਹਾ ਬਹੁਤਾ ਇਸ਼ੂ ਹੈ, ਕੋਈ ਹੈਲਥ ਇਸ਼ੂ ਉਹਨਾਂ ਦੀ ਬੇਟੀ ਨੂੰ। ਸੋ ਉਹਨਾਂ ਨੇ ਵੀ ਮੈਨੂੰ ਬਹੁਤ ਹੌਸਲਾ ਅਫਜਾਈ ਕੀਤੀ ਹੈ। ਸੋ ਹੋਰ ਬਹੁਤ ਸਾਰੀਆਂ ਭੈਣਾਂ ਨੇ ਜਿਨ੍ਹਾਂ ਨੇ ਆਪਦੀਆਂ ਗੱਲਾਂ ਦੱਸੀਆਂ, ਆਪਦੇ ਦੁੱਖ ਦੱਸੇ, ਫੋਨ ਵੀ ਇੰਨੇ ਆਏ। ਇੱਕ ਦਵਿੰਦਰ ਭੈਣ ਨੇ ਨਾਭੇ ਤੋਂ ਉਹਨਾਂ ਨੂੰ ਮੈਨੂੰ ਮਤਲਬ ਕਾਲ ਕੀਤੀ ਅਤੇ ਇੰਨਾ ਜ਼ਿਆਦਾ ਮਤਲਬ ਕਿ ਉਹਨਾਂ ਨੇ ਕਿਹਾ ਕਿ ਮੈਨੂੰ ਐਂ ਲੱਗਦਾ ਵੀ ਜਿਵੇਂ ਆਪਣਾ ਕੋਈ ਬਹੁਤ ਪੁਰਾਣਾ ਰਿਸ਼ਤਾ ਹੋਵੇ। ਉਹਨਾਂ ਨੇ ਆਪਦੀਆਂ ਤਕਲੀਫਾਂ ਮੈਨੂੰ ਦੱਸੀਆਂ, ਹੈ ਨਾ। ਸੋ ਪਤਾ ਕੀ ਹੈ ਜੀ, ਤੁਸੀਂ ਮੈਨੂੰ ਡੇਲੀ ਦੇਖਦੇ ਹੋ ਤਾਂ ਤੁਹਾਨੂੰ ਐਂ ਲੱਗਦਾ ਕਿ ਅਸੀਂ ਇਹਨੂੰ ਜਾਣਦੇ ਹਾਂ, ਪਰ ਤੁਸੀਂ ਮੈਨੂੰ ਕਾਲ ਕਰੋਗੇ, ਮੇਰੇ ਨਾਲ ਗੱਲਬਾਤ ਕਰੋਗੇ, ਮੈਨੂੰ ਵਧੀਆ ਲੱਗਦਾ, ਕੋਈ ਐਡੀ ਗੱਲ ਨਹੀਂ ਹੈਗੀ। ਅੱਜ ਹੀ ਅੰਮ੍ਰਿਤਸਰ ਤੋਂ ਸੁਖਚੈਨ ਭੈਣ ਦਾ ਵੀ ਮੈਨੂੰ ਫੋਨ ਆਇਆ ਕਿ ਮੈਂ ਹੁਣੇ ਤੁਹਾਡੀ ਵੀਡੀਓਜ਼ ਦੇਖਣ ਲੱਗੀ ਹਾਂ ਅਤੇ ਕਹਿੰਦੇ ਮੈਨੂੰ ਐਂ ਲੱਗਦਾ ਮੇਰਾ ਕੋਈ ਰਿਸ਼ਤਾ ਬਣ ਗਿਆ ਤੁਹਾਡੇ ਨਾਲ। ਹਾਂ ਰਿਸ਼ਤਾ ਹੀ ਹੈ ਜੀ, ਮੈਂ ਰਿਸ਼ਤਾ ਕਰਕੇ ਹੀ ਤੁਹਾਨੂੰ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੀ ਰਹਿੰਦੀ ਹਾਂ, ਹੈ ਨਾ। ਅਤੇ ਨੈਕਸਟ ਸੀਗਾ USA ਤੋਂ, ਇੱਕ ਦਿਨ ਭੈਣ ਦਾ ਫੋਨ ਆਇਆ, ਉਹਨਾਂ ਨੇ ਆਪਦੀਆਂ ਸਟੋਰੀਜ਼ ਦੱਸੀਆਂ, ਸਭ ਦੀਆਂ ਆਪਣੀਆਂ ਆਪਣੀਆਂ ਸਟੋਰੀਆਂ ਹੁੰਦੀਆਂ ਨੇ ਜੀ। ਅਤੇ ਬਾਕੀ ਜਿੰਨਾ ਜਿਹੜੀਆਂ ਵੀ ਭੈਣਾਂ ਇਸ ਤਕਲੀਫ ਦੇ ਵਿੱਚੋਂ ਗੁਜ਼ਰ ਰਹੀਆਂ ਨੇ, ਹੈ ਨਾ, ਪਲੀਜ਼ ਹਿੰਮਤ ਰੱਖੋ, ਬੀ ਬੋਲਡ, ਬੀ ਬਰੇਵ। ਅਤੇ ਇਹ ਲਾਈਫ ਹੈ, ਲਾਈਫ ਦੇ ਵਿੱਚ ਪਤਾ ਨਹੀਂ ਕੀ ਆਪਾਂ ਨੂੰ ਫੇਸ ਕਰਨਾ ਪੈਂਦਾ, ਸੋ ਜਿਹੜੀ ਵੀ ਸਿਚੁਏਸ਼ਨ ਆਵੇ ਉਹਨੂੰ ਬੋਲਡਲੀ ਫੇਸ ਕਰੋ ਅਤੇ ਆਪਣੇ ਆਪ ਨੂੰ ਬਿਜ਼ੀ ਜ਼ਰੂਰ ਰੱਖੋ। ਬਸ ਮੇਰਾ ਤਾਂ ਤੁਹਾਨੂੰ ਸਾਰਿਆਂ ਨੂੰ ਇਹੀ ਸਲਾਹ ਹੈ ਕਿ ਤੁਸੀਂ ਆਪਣੇ ਆਪ ਨੂੰ ਬਿਜ਼ੀ ਜ਼ਰੂਰ ਰੱਖੋ, ਬਿਲਕੁਲ ਫ੍ਰੀ ਟਾਈਮ ਆਪਣੇ ਲਈ ਨਾ ਛੱਡੋ ਤਾਂ ਕਿ ਤੁਸੀਂ ਹਮੇਸ਼ਾ ਇੱਕੋ ਟੌਪਿਕ 'ਤੇ ਸੋਚਦੇ ਰਹੋ, ਕਿਉਂਕਿ ਇਹ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਤੁਸੀਂ 24 ਘੰਟੇ ਤੁਹਾਡੇ ਨਾਲ ਰਹਿੰਦੀ ਹੈ। ਹੁਣ ਜੇ ਤੁਸੀਂ ਕਹੋ ਵੀ ਮੈਂ ਜੇ ਕੰਮ 'ਚ ਲੱਗ ਗਈ ਮੈਂ ਭੁੱਲ ਗਈ, ਭੁੱਲੀ ਨਹੀਂ ਹੈਗੀ,
ਪਰ ਇਹ ਹੈਗਾ ਕਿ ਧਿਆਨ ਦੂਜੇ ਪਾਸੇ ਜ਼ਰੂਰ ਵੱਟ ਜਾਂਦਾ, ਅਤੇ ਜੇ ਮੈਂ ਕੁਛ ਵੀ ਨਾ ਕਰਦੀ ਹੋਵਾਂ, ਬਸ ਇੱਕੋ ਹੀ ਪਾਸੇ ਸੋਚੀ ਜਾਵਾਂ, ਇੱਕੋ ਹੀ ਪਾਸੇ ਸੋਚੀ ਜਾਵਾਂ, ਫਿਰ ਤਾਂ ਮੈਂ ਉੱਠ ਹੀ ਨਹੀਂ ਪਾਊਂਗੀ। ਸੋ ਚਲੋ, ਦੁੱਖ ਸੁੱਖ ਹੈ ਉਹ ਜ਼ਿੰਦਗੀ ਦੇ ਨਾਲ ਨੇ, ਸਰੀਰ ਦੇ ਨਾਲ ਨੇ, ਅਤੇ ਚੱਲਦੇ ਰਹਿੰਦੇ ਨੇ, ਪਰ ਥੋੜ੍ਹਾ ਜਿਹਾ ਆਪਾਂ ਨੂੰ ਬੋਰਡ ਹੋਣਾ ਪਊਗਾ, ਠੀਕ ਹੈ। ਅਤੇ ਬਾਕੀ ਮੈਂ ਕੁਛ ਪਤਾ ਕੀ ਹੈ ਜੀ, ਇੱਕ ਪਰਮਜੀਤ ਭੈਣ ਜੀ ਨੇ, ਉਹ ਕਹਿੰਦੇ ਜੀ ਮੇਰਾ ਮਨ ਬਹੁਤ ਦੁਖੀ ਹੋਇਆ ਕਿ ਤੁਸੀਂ ਮੇਰੇ ਕਮੈਂਟ ਦਾ ਜਵਾਬ ਨਹੀਂ ਦਿੱਤਾ। ਪਰਮਜੀਤ ਭੈਣ ਜੀ, ਜੇ ਵੈਸੇ ਮੈਂ ਬਹੁਤ ਜ਼ਿਆਦਾ ਕੋਸ਼ਿਸ਼ ਕਰੀ ਹੈ ਹਰ ਇੱਕ ਦੇ ਕਮੈਂਟ ਦਾ ਮੈਂ ਜਵਾਬ ਦੇਵਾਂ, ਪਰ ਸੋਰੀ ਜੇ ਮੈਂ ਨਹੀਂ ਦੇ ਪਾਈ, ਕਿਉਂਕਿ ਬਹੁਤ ਜ਼ਿਆਦਾ ਕਮੈਂਟ ਸੀਗੇ ਅਤੇ ਵਿੱਚੋਂ ਕੁਛ ਰਹਿ ਗਏ, ਠੀਕ ਹੈ ਜੀ। ਅੱਗੇ ਤੋਂ ਆਪਾਂ ਪੂਰੀ ਕੋਸ਼ਿਸ਼ ਕਰਾਂਗੇ। ਅਤੇ ਅੱਗੇ ਸੀਗੇ ਸੁਖਬੀਰ ਕੌਰ ਭੈਣ ਜੀ ਨੇ, ਉਹਨਾਂ ਨੇ ਲਿਖਿਆ ਕਿ ਬੀਬੀ ਲਈ ਵੀ ਕੁਝ ਲੈ ਆਉਂਦੇ। ਜਦੋਂ ਮੈਂ ਤੁਹਾਨੂੰ ਸ਼ੋਪਿੰਗ ਦਿਖਾ ਰਹੀ ਸੀਗੀ ਪਟਿਆਲੇ ਤੋਂ, ਉਹਨਾਂ ਨੇ ਲਿਖਿਆ ਕਿ ਬੀਬੀ ਲਈ ਵੀ ਕੁਛ ਲੈ ਆਉਂਦੇ। ਅਤੇ ਬੀਬੀਆਂ ਦਾ ਜੀ ਤੁਹਾਨੂੰ ਪਤਾ ਹੀ ਹੈ, ਇਹ ਆਪਦੀਆਂ ਮੋਢੀ ਹੁੰਦੀਆਂ ਨੇ, ਜੇ ਇਹਨਾਂ ਦਾ ਜੀ ਕਰਦਾ ਤਾਂ ਲੈਣਾ, ਨਹੀਂ ਤਾਂ ਇਹਨਾਂ ਨੇ ਕਹਿ ਦੇਣਾ ਵੀ ਨਹੀਂ ਸਾਡੇ ਕੋਲ ਤਾਂ ਬਹੁਤ ਹੈ, ਸਾਡੇ ਕੋਲ ਤਾਂ ਬਹੁਤ ਹੈ। ਬੀਬੀ ਦਾ ਵੀ ਆਪਣੀ ਦਾ ਇਹੀ ਹਾਲ ਹੈ, ਸਾਡੀ ਨਹੀਂ ਕਹੂੰਗੀ, ਆਪਣੀ ਕਹੂੰਗੀ, ਬੀਬੀ ਦਾ ਵੀ ਆਪਣੀ ਦਾ ਇਹੀ ਹਾਲ ਹੈ। ਅਤੇ ਇਹਨੇ ਬਸ ਐਂ ਕਹੀ ਜਾਣਾ ਵੀ ਨਾ ਮੇਰੇ ਕੋਲ ਤਾਂ ਬਹੁਤ ਹੈ, ਮੇਰੇ ਕੋਲ ਤਾਂ ਬਹੁਤ ਹੈ, ਮੈਂ ਨਹੀਂ ਕੁਛ ਲੈਣਾ, ਹੈ ਨਾ। ਸੋ ਬੀਬੀ ਨੇ ਨਹੀਂ ਲਿਆ। ਅਤੇ ਨੈਕਸਟ ਹੈਗਾ, ਕਿਸੇ ਨੇ ਲਿਖਿਆ ਸੀਗਾ, ਉਹ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਵੀਰ ਜੀ ਨੂੰ ਕਿੰਨੀ ਦੇਰ ਹੋ ਗਈ ਡੈਥ ਹੋਈ ਨੂੰ, ਉਹ ਮੈਂ ਤੁਹਾਨੂੰ ਦੱਸ ਚੁੱਕੀ ਹਾਂ, ਠੀਕ ਹੈ ਜੀ। ਅਤੇ ਨੈਕਸਟ ਹੈ ਦਵਿੰਦਰ ਸਿੰਘ ਦੀ ਆਈ ਡੀ ਤੋਂ ਹੈ ਕਿ ਉਹ ਕਹਿੰਦੇ ਸੀਗੇ ਕਿ ਮੇਰੇ ਪਤੀ ਦੀ ਡੈਥ ਹੋ ਗਈ ਹੈ, ਮੈਂ ਲੁਕ ਲੁਕ ਕੇ ਰੋਂਦੀ ਹਾਂ, ਮੇਰਾ ਮਨ ਨਹੀਂ ਟਿਕਦਾ, ਸ਼ਾਇਦ ਹਜੇ ਥੋੜ੍ਹਾ ਟਾਈਮ ਹੋਇਆ ਹੋਊਗਾ। ਦੇਖੋ, ਮਨ ਨੂੰ ਤਾਂ ਟਿਕਾਉਣਾ ਪਊਗਾ, ਇਹ ਮਨ ਹੈ ਜਿਹੜਾ ਬੜਾ ਹੈਰਾਮੀ ਹੈ, ਇਹ ਜ਼ਿੰਦਗੀਆਂ ਖਰਾਬ ਕਰ ਦਿੰਦਾ, ਇਹ ਟਿਕਣ ਨਹੀਂ ਦਿੰਦਾ ਸਾਨੂੰ, ਹੈ ਨਾ। ਸੋ ਮਨ ਨੂੰ ਕਿਸੇ ਪਾਸੇ ਤਾਂ ਲਾਉਣਾ ਪਊਗਾ, ਹੈ ਨਾ। ਵਿਹਲਾ ਮਨ ਆਪਾਂ ਕਹਿ ਦਿੰਦੇ ਹਾਂ ਸ਼ੈਤਾਨ ਦਾ ਘਰ ਹੁੰਦਾ, ਸੋ ਵਿਹਲੇ ਮਨ ਨੇ ਤਾਂ ਆਪਦੀਆਂ ਸ਼ੈਤਾਨੀਆਂ ਕਰਨੀਆਂ ਹੀ ਨੇ। ਸੋ ਮਨ ਨੂੰ ਕਿਸੇ ਪਾਸੇ ਲਾਓ ਭੈਣ ਬਣ ਕੇ ਤੁਸੀਂ, ਅਤੇ ਫਿਰ ਤੁਹਾਡਾ ਮਨ ਹੈ ਜਦੋਂ ਦੂਜੇ ਪਾਸੇ ਲੱਗ ਜੂਗਾ, ਫਿਰ ਤੁਹਾਨੂੰ ਤਕਲੀਫ ਦੇਣੀ ਬੰਦ ਕਰ ਦੂਗਾ ਇਹ, ਠੀਕ ਹੈ ਜੀ। ਸੋ ਮਨ ਨੂੰ ਕਿਸੇ ਪਾਸੇ ਮੋਲਡ ਕਰ ਲਓ। ਅਤੇ ਨੈਕਸਟ ਹੈਗਾ ਅੰਮ੍ਰਿਤ ਰਾਮਗੜੀਆ, ਇਹ ਵੀ ਕਹਿੰਦੇ ਨੇ ਕਿ ਮੇਰੇ ਪਤੀ ਨਾਲ ਮੈਂ 25 ਸਾਲ 8 ਮਹੀਨੇ ਅਤੇ 13 ਦਿਨ ਰਹੀ ਹਾਂ। ਪੂਰਾ ਵਿਚਾਰਿਆਂ ਨੇ ਦੇਖੋ ਸਾਲ ਮਹੀਨੇ ਦਿਨ ਗਿਣੇ ਹੋਏ ਨੇ। ਅਤੇ ਕਹਿੰਦੇ ਵੀ ਲਾਈਫ ਬਹੁਤ ਜ਼ਿਆਦਾ ਸੋਹਣੀ ਸੀਗੀ, ਪ੍ਰਦੀਪ ਕੌਰ ਨੇ ਇਹ ਤਰਨ ਤਾਰਨ ਤੋਂ ਭੈਣ, ਕਹਿੰਦੇ ਲਾਈਫ ਬਹੁਤ ਸੋਹਣੀ ਸੀਗੀ ਅਤੇ ਪਰ ਜਦੋਂ ਚਲੇ ਗਏ, ਹੈ ਨਾ, ਅਤੇ ਲਾਈਫ ਫਿਰ ਮੈਨੂੰ ਪਤਾ, ਮੈਂ ਸਮਝ ਸਕਦੀ ਹਾਂ ਬਸ। ਅਤੇ ਦੇਖੋ ਜੀ, ਤੁਸੀਂ ਦਿਨ ਮਹੀਨੇ ਗਿਣੇ ਨੇ, ਅਤੇ ਮੈਨੂੰ ਤਾਂ ਦਿਨ ਜਾਂ ਮਹੀਨੇ ਗਿਣਨ ਦੀ ਵੀ ਜ਼ਰੂਰਤ ਨਹੀਂ ਹੈ, ਕਿਉਂਕਿ ਅਸੀਂ ਪੂਰੇ 26 ਸਾਲ ਰਹੇ, ਅਤੇ ਉਸੇ ਦਿਨ ਜਿਸ ਦਿਨ 26 ਸਾਲ ਪੂਰੇ ਹੋ ਗਏ ਉਹ ਅੱਤ ਚੜਾ ਗਏ। 26 ਸਾਲ ਦਾ ਬਹੁਤ ਸੋਹਣਾ ਸਫ਼ਰ ਰਿਹਾ, ਪਰ ਮੈਂ ਉਹ 26 ਸਾਲ ਦੀ ਯਾਦ ਦੇ ਨਾਲ, ਸੋਹਣੇ ਸੋਹਣੇ ਦਿਨਾਂ ਦੀ ਯਾਦ ਦੇ ਨਾਲ ਅੱਜ ਵਧੀਆ ਲਾਈਫ ਕੱਟ ਰਹੀ ਹਾਂ, ਠੀਕ ਹੈ ਜੀ। ਤੁਸੀਂ ਇਹ ਨਾ ਸੋਚੋ ਕਿ ਉਹ ਚਲੇ ਗਏ ਅਤੇ ਹੁਣ ਅਸੀਂ ਕੀ ਕਰੀਏ, ਤੁਸੀਂ ਇਹ ਸੋਚੋ ਕਿ ਜਿਹੜੇ ਸੋਹਣੇ ਜਿਹੇ ਦਿਨ, ਸੋਹਣੇ ਜਿਹੇ ਪਲ, ਸੋਹਣਾ ਜਿਹਾ ਸਮਾਂ ਉਹਨਾਂ ਨਾਲ ਬੀਤਿਆ ਸੀ, ਉਹਨੂੰ ਸਾਰਾ ਦਿਨ ਯਾਦ ਕਰੋ। ਤੁਸੀਂ ਦੇਖਿਓ, ਜਿਹੜੇ ਸੋਹਣੇ ਸੋਹਣੇ ਪਲ ਤੁਸੀਂ ਯਾਦ ਕਰੋਗੇ ਤਾਂ ਉਹਦੇ ਨਾਲ ਤੁਹਾਡੇ ਫੇਸ 'ਤੇ ਆਟੋਮੈਟਿਕਲੀ ਸਮਾਈ ਲਊਗੀ। ਜਦੋਂ ਮੈਂ ਯਾਦ ਕਰਦੀ ਹਾਂ ਨਾ, ਜਿਵੇਂ ਦੇਸ਼ ਵੀ ਜਦੋਂ ਇੱਥੇ ਹੁੰਦਾ ਸੀ ਅਤੇ ਅਸੀਂ ਦੋਨੇ ਜਾਣੇ ਮਾਂ ਪੁੱਤ ਨਾ ਜਿਵੇਂ ਸੈਰ ਸੂਰ ਰਾਤ ਨੂੰ ਕਰਦੇ ਅਤੇ ਅਸੀਂ ਆਪਸ 'ਚ ਗੱਲਾਂ ਕਰਦੇ, ਅਤੇ ਬਸ ਉਹਦੇ ਪਾਪਾ ਦੀਆਂ ਫਿਰ ਅਸੀਂ ਗੱਲਾਂ ਜਿਹੜੀਆਂ ਕਰਦੇ ਨਾ, ਉਹ ਇਹੋ ਜਿਹੀਆਂ ਕਰਦੇ ਵੀ ਤੇਰੇ ਪਾਪਾ ਨੇ ਹੁਣ ਆਪਾਂ ਨੂੰ ਐਂ ਕਹਿਣਾ ਸੀ, ਤੇਰੇ ਪਾਪਾ ਨੇ ਹੁਣ ਆਪਾਂ ਨੂੰ ਐਂ ਕਹਿਣਾ ਸੀ, ਹੈ ਨਾ, ਅਤੇ ਵੀ ਤੁਸੀਂ ਆਹ ਨਹੀਂ ਕੀਤਾ, ਤੁਸੀਂ ਉਹ ਨਹੀਂ ਕੀਤਾ, ਅਤੇ ਨਾਲੇ ਅਸੀਂ ਹੱਸੀ ਜਾਂਦੇ ਵੀ ਤੇਰੇ ਪਾਪਾ ਹੁੰਦੇ, ਉਹਨਾਂ ਨੇ ਆਪਾਂ ਨੂੰ ਦੇਣਾ ਸੀ ਪਤਾ, ਆਹ ਗੱਲ ਤੋਂ ਉਦੇਸ਼ ਆਪਾਂ ਨੂੰ ਦੇਣਾ ਸੀ ਪਤਾ, ਐਂ ਗੱਲਾਂ ਕਰਦੇ ਅਸੀਂ ਅਤੇ ਨਾਲੇ ਹੱਸੀ ਜਾਂਦੇ, ਹੈ ਨਾ। ਸੋ ਅਸੀਂ ਇੱਦਾਂ ਗੱਲਾਂ ਕਰਦੇ ਹਾਂ, ਅਤੇ ਇੱਕ ਹੈਗੇ ਨੇ, ਸੋ ਪਲੀਜ਼ ਤੁਸੀਂ ਵੀ ਆਪਣੇ ਬੱਚਿਆਂ ਨਾਲ ਇਸ ਤਰ੍ਹਾਂ ਹੀ ਗੱਲਾਂ ਕਰਿਆ ਕਰੋ, ਤੁਹਾਨੂੰ ਲੱਗੇ ਐਂ ਲੱਗੇ ਵੀ ਮਤਲਬ ਹੈਗੇ ਨੇ, ਜਿਵੇਂ ਇੱਥੇ ਕਿਤੇ ਗਏ ਨੇ ਅਤੇ ਆ ਜਾਣਗੇ, ਹੈ ਨਾ।
ਮਨਪ੍ਰੀਤ ਸਿੰਘ ਦੀ ਆਈਡੀ ਤੋਂ ਉਹ ਕਹਿੰਦੇ ਜੀ ਮੇਰੇ ਪਤੀ ਮਿੰਟਾਂ 'ਚ ਚਲੇ ਗਏ, ਮੈਨੂੰ ਬਹੁਤ ਯਾਦ ਆਉਂਦੀ ਹੈ। ਦੇਖੋ ਯਾਦ ਤਾਂ ਆਉਣੀ ਹੋਈ ਹੈ, ਯਾਦ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਨਾ ਆਵੇ, ਇਹ ਤਾਂ ਹੋ ਨਹੀਂ ਸਕਦਾ ਕਿ ਨਾ ਆਵੇ, ਹੈ ਨਾ। ਅਤੇ ਇੱਕ ਇਹ ਗੱਲ ਨਾਲ ਮੈਂ ਇਹਨਾਂ ਦੀ ਨਾਲ ਸਹਿਮਤ ਹਾਂ ਕਿ ਇਹ ਕਹਿੰਦੇ ਨੇ ਕਿ ਮੇਰੇ ਪਤੀ ਮਿੰਟਾਂ 'ਚ ਚਲੇ ਗਏ। ਦੇਖੋ ਜੀ, ਇੱਕ ਤਾਂ ਹੁੰਦਾ ਕੋਈ 3-4 ਮਹੀਨੇ ਬੰਦਾ ਬੈੱਡ 'ਤੇ ਪਿਆ, ਹੈ ਨਾ, ਜਿਵੇਂ ਹੀ ਬੈੱਡ 'ਤੇ ਪੈਂਦਾ ਬੰਦਾ, ਕੁਛ ਇਸ ਤਰ੍ਹਾਂ ਦੀ ਬਿਮਾਰੀ ਜਿਵੇਂ ਮੇਰੇ ਹਸਬੈਂਡ ਨਾਲ ਵਾਪਰੀ ਹੈ, ਹੈ ਨਾ। ਅਤੇ ਮੈਂ ਮੈਂਟਲੀ, ਮਤਲਬ ਮੈਨੂੰ ਪਤਾ ਲੱਗਣ ਲੱਗ ਗਿਆ ਸੀਗਾ ਕਿ ਇਹ ਚੀਜ਼ ਦਾ ਐਂਡ ਹੈ ਜਿਹੜਾ ਉਹ ਇਸ ਤਰ੍ਹਾਂ ਹੋਣਾ, ਹੈ ਨਾ। ਅਤੇ ਬੰਦਾ ਮੈਂਟਲੀ ਹੌਲੀ 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 ਪ੍ਰਪੇਅਰ ਹੁੰਦਾ ਜਾਂਦਾ, ਹੈ ਨਾ। ਥੋੜ੍ਹਾ ਜਿਹਾ ਟਾਈਮ ਲੱਗਦਾ ਆਪਾਂ ਨੂੰ ਪ੍ਰਪੇਅਰ ਹੋਣ ਲਈ। ਅਤੇ ਜਿਹੜਾ ਬੰਦਾ ਚੰਗਾ ਭਲਾ ਗੱਲਾਂ ਕਰਦਾ, ਖਾਂਦਾ ਪੀਂਦਾ, ਤੁਰਿਆ ਫਿਰਦਾ, ਹੱਸਦਾ ਖੇਡਦਾ, ਇੱਕ ਮਿੰਟਾਂ ਦੇ ਵਿੱਚ ਹੀ ਚਲਿਆ ਜਾਵੇ, ਉਹਦਾ ਸਬਰ ਕਰਨ ਲਈ ਬਹੁਤ ਟਾਈਮ ਲੱਗਦਾ ਹੈ, ਬਹੁਤ ਜ਼ਿਆਦਾ ਔਖਾ ਹੈ ਕਿ ਹੁਣੇ ਬੰਦਾ ਹੈਗਾ ਸੀ ਔਰ ਹੁਣੇ ਹੈ ਨੀਗਾ। ਸੋ ਭੈਣੇ, ਹਮਦਰਦੀ ਕਰ ਸਕਦੀ ਹਾਂ ਬਸ, ਠੀਕ ਹੈ। ਤੁਸੀਂ ਮੇਰੇ ਨਾਲ ਹਮਦਰਦੀ ਕਰ ਰਹੇ ਹੋ, ਮੈਨੂੰ ਹੌਸਲਾ ਦੇ ਰਹੇ ਹੋ, ਬਸ ਮੈਂ ਤੁਹਾਨੂੰ ਦੇ ਰਹੀ ਹਾਂ ਕਿ ਆਪਣੇ ਆਪ ਨੂੰ ਉਠਾਉਣਾ ਤਾਂ ਪੈਣਾ ਹੀ ਹੈ, ਬੱਚਿਆਂ ਵੱਲ ਤਾਂ ਦੇਖਣਾ ਹੀ ਪੈਣਾ ਹੈ, ਠੀਕ ਹੈ ਜੀ। ਰੋਣਾ ਨਹੀਂ ਹੈ ਅਤੇ ਮਨ ਉਦਾਸ ਨਹੀਂ ਕਰਨਾ, ਬਸ ਉਹਨਾਂ ਨੂੰ, ਉਹਨਾਂ ਦੀਆਂ ਚੰਗੀਆਂ ਯਾਦਾਂ, ਚੰਗੀਆਂ ਚੀਜ਼ਾਂ ਨੂੰ ਹਮੇਸ਼ਾ ਯਾਦ ਕਰਦੇ ਰਹਿਣਾ, ਠੀਕ ਹੈ। ਉਹਨਾਂ ਦੀਆਂ ਫੋਟੋਆਂ ਨਾਲ ਗੱਲਾਂ ਕਰਿਆ ਕਰੋ, ਮੈਂ ਇਹਦੇ ਬਾਰੇ ਵੀ ਤੁਹਾਡੇ ਨਾਲ ਗੱਲ ਕਰਦੀ ਹਾਂ। ਅਤੇ ਇਸ ਤਰ੍ਹਾਂ ਜੀ ਕਈ ਭੈਣਾਂ ਨੇ ਇਸ ਤਰ੍ਹਾਂ ਲਿਖਿਆ, ਅਤੇ ਬਾਕੀ ਮੈਨੂੰ ਲੱਗਦਾ ਮੈਂ ਸਵਾਲਾਂ ਤੋਂ ਹਟ ਕੇ ਕਿਧਰੇ ਹੋਰ ਚਲੀ ਗਈ, ਪਰ ਇਹ ਵੀ ਟੋਪਿਕ ਬਹੁਤ ਜ਼ਰੂਰੀ ਸੀ। ਹੋਰ ਵੀ ਬਹੁਤ ਸਾਰੀਆਂ ਭੈਣਾਂ ਨੇ, ਅਤੇ ਹੁਣ ਸਾਰਿਆਂ ਦੇ ਨਾਮ ਹੈ ਜਿਹੜੇ ਆਪਾਂ ਨੂੰ ਲੈਣੇ ਥੋੜ੍ਹਾ ਔਖੇ ਹੋ ਜਾਂਦੇ ਨੇ, ਹੈ ਨਾ। ਅਤੇ ਫਿਰ ਵੀ ਮੈਂ ਇੱਕ ਦੋ ਨਾਮ ਹੈ ਜਿਹੜੇ ਸਕਰੀਨਸ਼ੋਟ ਕੁਛ ਕੁ ਦੇ ਲੈ ਕੇ ਰੱਖੇ ਸੀ, ਆਪਾਂ ਜ਼ਰੂਰ ਗੱਲ ਕਰਾਂਗੇ। ਇਹ ਹੈਗੇ ਨੇ ਜੀ ਰਣਧੀਰ ਸਿੰਘ ਦੀ ਆਈਡੀ ਤੋਂ ਨੇ, ਉਹ ਕਹਿੰਦੇ ਸਿਸਟਰ ਮੈਂ ਜਦੋਂ ਤੋਂ ਤੁਹਾਡੇ ਵਲੌਗ ਦੇਖਣ ਲੱਗੀ ਹਾਂ ਮੈਨੂੰ ਕੁਝ ਸਿੱਖਣ ਨੂੰ ਮਿਲਦਾ, ਤੁਹਾਡੇ ਤੋਂ ਤੁਸੀਂ ਬਹੁਤ ਹੀ ਸੁਲਝੇ ਹੋਏ ਪਰਸਨ ਹੋ, ਮੈਨੂੰ ਲੱਗਦਾ ਜਿਵੇਂ ਮੇਰੇ ਤੁਹਾਡੇ ਨਾਲ ਕੋਈ ਗੂੜਾ ਰਿਸ਼ਤਾ ਹੈ। ਮੈਂ ਤੁਹਾਡੇ ਹਰ ਵਲੌਗ ਨੂੰ ਆਪਣੀ ਭਾਬੀ ਔਰ ਆਪਣੇ ਸਿਸਟਰ ਨਾਲ ਸ਼ੇਅਰ ਜ਼ਰੂਰ ਕਰਦੀ ਹਾਂ, ਦਿਲ ਕਰਦਾ ਕਿ ਤੁਹਾਡੇ ਨਾਲ ਗੱਲ ਕਰਾਂ ਔਰ ਮਿਲਾਂ ਵੀ ਜ਼ਰੂਰ। ਮੇਰੇ ਵੀ ਮੰਮੀ ਡੈਡੀ 7 ਸਾਲ ਪਹਿਲਾਂ ਇਸ ਮਹੀਨੇ ਐਕਸਪਾਇਰ ਹੋ ਗਏ ਸੀ, ਜਿਵੇਂ ਸੰਗਰਾਂਦ ਵਾਲੇ ਦਿਨ ਮੰਮੀ ਦੀ ਡੈਥ ਹੋਈ ਸੀ ਅਤੇ ਹਾਰਟ ਅਟੈਕ ਨਾਲ, ਅਤੇ ਉਹਨਾਂ ਦੇ ਭੋਗ ਵਾਲੇ ਦਿਨ ਡੈਡੀ ਦੀ ਡੈਥ ਹੋ ਗਈ ਸੀ। ਦੇਖੋ ਕਿੰਨਾ ਟ੍ਰੈਜਿਕ ਹੈ, ਬਹੁਤ ਟ੍ਰੈਜਿਕ ਹੈ ਇਹ ਸਿਚੁਏਸ਼ਨ, ਹੈ ਨਾ। ਇਸ ਕਰਕੇ ਮੈਂ ਨਾ ਇਹਨਾਂ ਦਾ, ਦੋਨਾਂ ਦੀ ਹਾਰਟ ਅਟੈਕ ਨਾਲ ਡੈਥ ਹੋਈ। ਹਾਰਟ ਅਟੈਕ ਨਾਲ ਚਲੋ ਠੀਕ ਹੈ, ਜਾਣ ਵਾਲਾ ਬਹੁਤ ਈਜ਼ੀਲੀ ਚਲਿਆ ਜਾਂਦਾ, ਪਰ ਜਿਹੜੇ ਪਿਛਲੇ ਹੁੰਦੇ ਆ ਨਾ ਉਹਨਾਂ ਨੂੰ ਸਬਰ ਕਰਨਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ, ਠੀਕ ਹੈ ਜੀ। ਸੋ ਅਸੀਂ ਵੀ ਦੇਖੋ ਜੀ ਤੁਹਾਡੇ ਨਾਲ ਅਸੀਂ ਮਤਲਬ ਦੁੱਖ ਤਾਂ ਆਪਾਂ ਕੀ ਸਾਂਝਾ ਕਰ ਸਕਦੇ ਹਾਂ, ਹੌਸਲਾ ਹੀ ਦੇ ਸਕਦੇ ਹਾਂ ਬਸ ਅਗਲੇ ਨੂੰ, ਹੈ ਨਾ। ਅਤੇ ਕੀ ਕਹੀਏ ਬਸ ਕਿਸੇ ਨੂੰ। ਅਤੇ ਉਹ ਕਹਿੰਦੇ ਮੇਰਾ ਤੁਹਾਡੇ ਨਾਲ ਗੂੜਾ ਰਿਸ਼ਤਾ ਹੈ, ਤੁਸੀਂ ਸਾਰੀਆਂ ਭੈਣਾਂ ਦਾ ਮੇਰੇ ਨਾਲ ਗੂੜਾ ਰਿਸ਼ਤਾ ਹੈ, ਕਿਉਂਕਿ ਹਰ ਰੋਜ਼ ਮੈਂ ਤੁਹਾਡੇ ਨਾਲ ਹਰ ਗੱਲ ਸ਼ੇਅਰ ਕਰਦੀ ਹਾਂ, ਸੋ ਤੁਹਾਡਾ ਗੂੜਾ ਰਿਸ਼ਤਾ ਹੈ ਮੇਰੇ ਨਾਲ, ਅਤੇ ਤੁਸੀਂ ਜਦੋਂ ਮਰਜ਼ੀ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ, ਜਦੋਂ ਮਰਜ਼ੀ ਤੁਸੀਂ ਮਿਲਣਾ ਚਾਹੋ ਤਾਂ ਤੁਸੀਂ ਮੈਨੂੰ ਮਿਲ ਵੀ ਸਕਦੇ ਹੋ, ਠੀਕ ਹੈ ਜੀ। ਅਤੇ ਨੈਕਸਟ ਹੈ ਜੀ, ਆਈ ਲੋਸਟ ਮਾਈ ਬ੍ਰਦਰ ਇਨ ਐਕਸੀਡੈਂਟ, ਹੀ ਵਾਜ਼ ਓਨਲੀ 31 ਈਅਰਸ ਓਲਡ, ਮਾਈ ਨੈਫਿਊ ਇਜ਼ ਓਨਲੀ 6 ਮੰਥਸ ਆਫਟਰ 1 ਈਅਰ, ਮਾਈ ਹਸਬੈਂਡ ਐਕਸਪਾਇਰਡ ਹਾਰਟ ਅਟੈਕ। ਦੇਖੋ ਜੀ ਤੁਸੀਂ, ਪਹਿਲਾਂ ਬ੍ਰਦਰ ਦੀ ਡੈਥ ਹੋਈ, 31 ਸਾਲ ਦਾ ਸੀ, 6 ਮਹੀਨੇ ਦਾ ਉਹਦਾ ਬੇਟਾ ਸੀਗਾ ਅੱਗੇ, ਫਿਰ ਕਹਿੰਦੀ ਮੇਰੇ ਹਸਬੈਂਡ 40 ਸਾਲ ਦੇ ਸੀ ਉਹਨਾਂ ਦੀ ਅਟੈਕ ਨਾਲ। ਫਿਰ ਆਪਾਂ ਕਿੰਨੀਆਂ ਦੇ ਨਾਂ ਲਈਏ, ਕਿੰਨੀਆਂ ਭੈਣਾਂ ਦੇ ਨਾਂ ਲਈਏ, ਅਤੇ ਕਿਹਦਾ ਕਿਹਦਾ ਦੁੱਖ ਮੈਂ ਤੁਹਾਨੂੰ ਦੱਸਾਂ, ਠੀਕ ਹੈ ਜੀ। ਬਸ ਮੈਂ ਤੁਹਾਨੂੰ ਸੋਸ਼ਲ ਮੀਡੀਆ 'ਤੇ ਆ ਕੇ ਦੱਸਤਾ, ਅਤੇ ਉਹ ਭੈਣਾਂ ਨੇ, ਉਹਨਾਂ ਨੇ ਆਪਣੇ ਨਾਲ, ਹੈ ਨਾ, ਮੇਰੇ ਨਾਲ ਸਾਂਝਾ ਕਰ ਲਿਆ, ਆਪਣੇ ਸਭ ਦੇ ਨਾਲ ਸਾਂਝਾ ਕਰ ਲਿਆ। ਪਤਾ ਨਹੀਂ ਕਦੋਂ ਕਦੀਆਂ ਭਾਵਨਾਵਾਂ ਦੱਬੀਆਂ ਹੋਈਆਂ ਸੀ ਜਿਹੜੀਆਂ ਉਹਨਾਂ ਨੇ ਆਪਣਾ ਵੀ ਦੱਸਤਾ। ਪਤਾ ਕੀ ਹੈ ਜੀ, ਜਦੋਂ ਆਪਾਂ ਇੱਕ ਦੂਜੇ ਨਾਲ ਇਸ ਤਰ੍ਹਾਂ ਸ਼ੇਅਰ ਕਰਦੇ ਹਾਂ ਤਾਂ ਆਪਣਾ ਵੀ ਦੁੱਖ ਹੈ ਜਿਹੜਾ, ਕਹਿੰਦੇ ਹੁੰਦੇ ਆ ਖੁਸ਼ੀ ਵਧਾਇਆਂ ਵੰਡਿਆਂ ਵੱਧਦੀ ਹੈ ਅਤੇ ਦੁੱਖ ਵੰਡਿਆਂ ਘੱਟ ਜਾਂਦਾ, ਸੋ ਥੋੜ੍ਹਾ ਫਰਕ ਜ਼ਰੂਰ ਪੈਂਦਾ। ਜਿਵੇਂ ਨਾ ਕਹਿੰਦੇ, ਮੈਂ ਤੁਹਾਨੂੰ ਇੱਕ ਸਟੋਰੀ ਸੁਣਾ ਦਿੰਦੀ ਹਾਂ
ਇੱਕ ਨਾ ਕਹਿੰਦੇ ਕੋਈ ਬਾਬਾ ਸੀਗਾ ਤੇ ਲੋਕ ਉਹਦੇ ਕੋਲ ਜਾਈ ਜਾਂਦੇ ਸੀ, ਜਾ ਕੇ ਕਹਿ ਦਿੰਦੇ ਸੀ ਵੀ ਬਾਬਾ ਜੀ ਮੈਂ ਬਹੁਤ ਦੁਖੀ ਹਾਂ, ਮੇਰਾ ਦੁੱਖ ਬਹੁਤ ਵੱਡਾ, ਮੈਂ ਬਹੁਤ ਦੁਖੀ ਹਾਂ। ਫਿਰ ਦੂਜਾ ਆਉਂਦਾ ਮੈਂ ਬਹੁਤ ਦੁਖੀ ਹਾਂ, ਹੈ ਨਾ, ਐਂ ਕਰਦੇ ਕਰਦੇ ਲੋਕ ਉਹਦੇ ਕੋਲ ਆਈ ਜਾਂਦੇ। ਇੱਕ ਦਿਨ ਬਾਬਾ ਜੀ ਕਹਿੰਦੇ ਤੁਸੀਂ ਐਂ ਕਰੋ ਵੀ ਆਹ ਨਾ ਇੱਥੇ ਢੇਰੀ ਲਾ ਜਾਓ ਆਪਦੇ ਦੁੱਖਾਂ ਦੀ, ਤੁਸੀਂ ਹਰੇ ਸਾਰੇ ਜਾਣੇ ਆਪਦੇ ਦੁੱਖ ਇੱਥੇ ਰੱਖ ਰੱਖ ਕੇ ਤੁਰੇ ਜਾਓ। ਅਤੇ ਕਹਿੰਦੇ ਸਾਰਿਆਂ ਨੇ ਇਸ ਤਰ੍ਹਾਂ ਹੀ ਕੀਤਾ। ਅਤੇ ਉਦੋਂ ਬਾਅਦ ਜਦੋਂ ਸਾਰਿਆਂ ਨੇ ਰੱਖ ਤੇ, ਉਦੋਂ ਬਾਅਦ ਬਾਬਾ ਜੀ ਸੰਗਤ ਨੂੰ ਕਹਿੰਦੇ ਵੀ ਤੁਸੀਂ ਐਂ ਕਰੋ ਹੁਣ ਵੀ ਜਾਓ ਅੰਦਰ ਇੱਕ ਇੱਕ ਕਰਕੇ, ਅਤੇ ਜਿਹਦਾ ਦੁੱਖ ਤੁਹਾਨੂੰ ਲੱਗਦਾ ਕਿ ਇਹਦਾ ਦੁੱਖ ਜਮ੍ਹਾਂ ਹੀ ਛੋਟਾ ਹੈ, ਉਹ ਦੁੱਖ ਤੁਸੀਂ ਚੱਕ ਲਿਓ ਅਤੇ ਵੱਡਾ ਆਪਦਾ ਉੱਥੇ ਰੱਖਿਓ, ਦੇਖੋ ਤੁਸੀਂ। ਉਹ ਅਗਲਾ ਜਾਂਦਾ ਸੀ ਅਤੇ ਜਾ ਕੇ ਆਪਦਾ ਹੀ ਦੁੱਖ ਵਾਪਸ ਲੈ ਆਉਂਦਾ ਸੀ। ਅਤੇ ਬਾਬਾ ਜੀ ਨੂੰ ਫਿਰ ਸਾਰੇ ਕਹਿੰਦੇ ਵੀ ਬਾਬਾ ਜੀ ਵੀ ਸਾਨੂੰ ਤਾਂ ਐਂ ਲੱਗਦਾ ਵੀ ਸਾਰਿਆਂ ਨਾਲੋਂ ਦੁੱਖ ਮੇਰਾ ਹੀ ਘੱਟ ਹੈ, ਮੇਰੇ ਤੋਂ ਸਾਰਿਆਂ ਦੇ ਹੋਰ ਬਹੁਤ ਵੱਧ ਨੇ। ਸੋ ਦੁਨੀਆਂ ਦੇ ਵਿੱਚ ਬਹੁਤ ਜ਼ਿਆਦਾ ਤਕਲੀਫਾਂ ਨੇ ਜੀ, ਬਹੁਤ ਜ਼ਿਆਦਾ ਦੁੱਖ ਨੇ, ਕਿਉਂਕਿ ਜਿਹੜੇ ਖੁਸ਼ੀ ਦੇ ਮੌਕੇ ਨੇ ਅੱਜ ਕੱਲ੍ਹ ਦੇ ਟਾਈਮ 'ਚ ਉਹ ਬਹੁਤ ਮੁਸ਼ਕਲ ਨਾਲ ਮਿਲਦੇ ਆ। ਅਤੇ ਇਹੋ ਜਿਹੇ ਮੌਕੇ ਤਾਂ ਆਪਾਂ ਰੋਜ਼ ਹੀ ਸੁਣਦੇ ਹਾਂ, ਕਦੇ ਐਕਸੀਡੈਂਟ ਹੋ ਗਿਆ, ਕਦੇ ਅਟੈਕ ਹੋ ਗਿਆ, ਬਾਕੀ ਬਿਮਾਰੀਆਂ ਦਾ ਤਾਂ ਤੁਹਾਨੂੰ ਪਤਾ ਹੀ ਆ, ਉਹਦਾ ਨਾਮ ਆ ਤਾਂ ਆਪਾਂ ਚੰਦਰੀ ਬਿਮਾਰੀ ਦਾ ਵਾਰ ਵਾਰ ਨਾਂ ਹੀ ਲਈਏ, ਠੀਕ ਹੈ ਜੀ। ਸੋ ਇੱਕ ਦੂਜੇ ਨੂੰ ਦੇਖ ਕੇ ਜੀਣਾ ਆਪਾਂ, ਆਪਣੇ ਬੱਚਿਆਂ ਲਈ ਜੀਣਾ, ਠੀਕ ਹੈ ਜੀ। ਅਤੇ ਸਾਰੀਆਂ ਭੈਣਾਂ ਖੁਸ਼ ਰਿਹਾ ਕਰੋ, ਹਿੰਮਤ ਰੱਖਿਆ ਕਰੋ, ਜਦੋਂ ਕਦੇ ਵੀ ਕਿਸੇ ਤਕਲੀਫ 'ਚ ਹੋਵੋ ਮੈਨੂੰ ਫੋਨ ਕਰ ਲਿਆ ਕਰੋ, ਠੀਕ ਹੈ ਜੀ। ਅਤੇ ਆਪਾਂ ਆਪਣਾ ਦੁੱਖ ਸੁੱਖ ਜ਼ਰੂਰ ਸਾਂਝਾ ਕਰਿਆ ਕਰਾਂਗੇ। ਸੋ ਆਪਾਂ ਇੱਕ ਫੈਮਿਲੀ ਹਾਂ ਹੁਣ, ਅਤੇ ਤੁਹਾਡਾ ਮੈਨੂੰ ਬਹੁਤ ਸਾਰਾ ਥੈਂਕ ਯੂ ਸੋ ਮੱਚ, ਤੁਸੀਂ ਮੇਰੇ ਵਲੋਗਸ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਇੰਨਾ ਜ਼ਿਆਦਾ ਸਪੋਰਟ ਕਰਦੇ ਹੋ। ਅਤੇ ਬਾਕੀ ਹੋਰ ਜਿੰਨੇ ਵੀ ਤੁਹਾਡੇ ਕੁਸ਼ਚਨ ਹੋਣਗੇ ਮੈਂ ਤੁਹਾਨੂੰ ਸਾਰਿਆਂ ਦਾ ਜਵਾਬ ਦਿੰਦੀ ਰਹੂੰਗੀ। ਅੱਜ ਮੈਨੂੰ ਲੱਗਦਾ ਵਲੋਗ ਬਹੁਤ ਲੰਬਾ ਹੋ ਗਿਆ, ਹੁਣ ਆਹ ਵਲੋਗ ਤੋਂ ਬਾਅਦ ਤੁਹਾਡੇ ਜਿਹੜੇ ਵੀ ਕੁਸ਼ਚਨ ਹੋਣਗੇ ਉਹ ਵੀ ਆਪਾਂ ਨਾਲ ਨਾਲ ਦਿੰਦੇ ਰਿਹਾ ਕਰਾਂਗੇ, ਠੀਕ ਹੈ ਜੀ। ਅਤੇ ਲਓ ਜੀ, ਇਹ ਸੀ ਆਪਣਾ ਅੱਜ ਦਾ ਪਿਆਰਾ ਜਿਹਾ ਵਲੋਗ, ਅਤੇ ਫਿਰ ਮਿਲਾਂਗੇ ਆਪਾਂ।